ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਜਲੰਧਰ ਦੇ ਇੱਕ ਮੌਜੂਦਾ ਸਰਕਾਰ ਦੇ ਵਿਧਾਇਕ ਵੱਲੋਂ ਕੱਲ ਜਲੰਧਰ ਦੀ ਮਿਉਂਸਿਪੈਲਿਟੀ ਨੂੰ ਜਿਹੜਾ ਹੈ ਫੇਲ ਕਰਾਰ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਆ ਜਿਸ ਦੀ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਤੇ ਉਹਨਾਂ ਨੂੰ ਇੱਕ ਉਹਨਾਂ ਵਿਧਾਇਕ ਵੱਲੋਂ ਇੱਕ ਵਾਰਨਿੰਗ ਦਿੱਤੀ ਗਈ ਸੀ ਜੰਧਰ ਮਿਉਂਸਿਪੈਲਿਟੀ ਦੇ ਕਮਿਸ਼ਨਰ ਨੂੰ ਕਿ ਜੇਕਰ ਤੁਸੀਂ ਕੰਮ ਨਹੀਂ ਕਰਾ ਸਕਦੇ ਤੇ ਉਹ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਰ ਹੁਣ ਉਸ ਦੇ ਉੱਤੇ ਬੀਜੇਪੀ ਵੀ ਜਿਹੜੀ ਹੈ ਆਪਣੇ ਵਿਚਾਰ ਲੈ ਕੇ ਸਾਹਮਣੇ ਨੇ ਇਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਅਕਾਦਮੀ ਨਾਰੀ ਸਾਹਿਬ ਅਫਸਰ ਨਾਲ ਗੱਲਬਾਤ ਕਰਦੇ ਆ ਅ ਪ੍ਰਧਾਨ ਸਾਹਿਬ ਪ ਤੁਸੀਂ ਇੰਨੇ ਮੁੱਦੇ ਲੈ ਕੇ ਆਏ ਹੋ ਉਹਨਾਂ ਦੇ ਮੌਜੂਦਾ ਜਿਹੜਾ ਸਰਕਾਰ ਹੈ ਉਹਨਾਂ ਦੇ ਆਪਣੇ ਵਿਧਾਇਕ ਵੀ ਹੁਣ ਜਲੰਧੇ ਦੀ ਮਿਊਨਿਸਪੈਲਿਟੀ ਦੇ ਉੱਤੇ ਸਵਾਲ ਚੱਕ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇ ਦੇਖਦੇ ਹੋ ਅਸੀਂ 3 ਸਾਲ ਪੂਰਾ ਇਹਨਾਂ ਦਾ ਵੇਟ ਕੀਤੀ ਕਿ ਇਹ ਸ਼ਹਿਰ ਦਾ ਕੋਈ ਵਿਕਾਸ ਕਰਨਗੇ ਲੇਕਿਨ ਕੱਲ ਦੀ ਜਦੋਂ ਉਹਦਾ ਬਿਆਨ ਅਸੀਂ ਸੁਣਿਆ ਜਿਹੜਾ ਕਿ ਮੌਜੂਦਾ ਦਵੰਗ ਇਹਨਾਂ ਦਾ ਵਿਧਾਇਕ ਹੈ ਉਹਨੇ ਗੱਲ ਕਹੀ ਹੈ ਕਿ ਜੰਦਰ ਸ਼ਹਿਰ ਦੇ ਲੋਕ ਜੰਦਰ ਦੀ ਜਿਹੜੀ ਕਾਰਪੋਰੇਸ਼ਨ ਹੈ ਉਹਦੀ ਕਾਰਗੁਜ਼ਾਰੀ ਤੋਂ ਬਹੁਤ ਦੁਖੀ ਆ ਉਹ ਜੰਦਰ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਇਟ ਮੀਨ ਜੋ ਅਸੀਂ ਗੱਲ 3 ਸਾਲ ਪਹਿਲਾਂ ਕਹੀ ਸੀ ਕਿ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਜੋ ਪ੍ਰਸ਼ਾਂਤ ਕਸ਼ੋਰ ਨੇ ਉਹਨਾਂ ਨੂੰ ਇੱਕ ਪਲੰਦਾ ਦਿੱਤਾ ਸੀਗਾ ਕਿ ਤੁਸੀਂ ਇਹ ਐਨਾਨਸਮੈਂਟਾਂ ਕਰ ਦਿਓ ਵੀ ਘਰ-ਘਰ ਨੌਕਰੀ ਦਵਾਂਗੇ ਬੱਚਿਆਂ ਕੋਲ ਫਾਰਮ ਭਰਾਲੇ ਘਰ-ਘਰ ਸਮਾਰਟਫੋਨ ਦਵਾਂਗੇ 2500 ਪੈਨਸ਼ਨ ਕਰਾਂਗੇ ਮਕਾਨ ਬਣਾ ਕੇ ਦਵਾਂਗੇ 5 ਰੁਪਏ ਬਿਜਲੀ ਦੇਵਾਂਗੇ ਇਦਾਂ ਦੇ ਝੂਠੇ ਜਿਹੜੇ ਵਾਅਦੇ ਕੀਤੇ ਸੀਗੇ ਕਵਾਜ ਲੋਕਾਂ ਨੇ ਮੋਰੇ ਪੇਸ਼ ਹੋ ਗਏ ਕਿ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਬੱਚੇ ਨੂੰ ਨਾ ਕੋ ਨੌਕਰੀ ਮਿਲੀ ਆ ਨਾ ਕਿਸੇ ਨੂੰ ਮੋਬਾਈਲ ਮਿਲਿਆ ਨਾ ਕਿਸੇ ਇੰਡਸਟਰੀ ਨੂੰ 5 ਰੁਪਏ ਦੀ ਬਿਜਲੀ ਮਿਲੀ ਆ ਨਾ ਕਿਸੇ ਨੂੰ 2500 ਪੈਨਸ਼ਨ ਮਿਲੀ ਆ ਉਹ ਜੋ ਸ਼ਹਿਰ ਦੇ ਹਾਲਾਤ ਹੈਗੇ ਆ ਆਪਾਂ ਸਾਰੇ ਤੁਸੀਂ ਵੀ ਸ਼ਹਿਰ ਦੇ ਨਿਵਾਸੀ ਹੋ ਆਪਾਂ ਸ਼ਹਿਰ ਦੇ ਜਾਣਦੇ ਆ ਕਿ ਜਗ੍ਹਾ ਜਗ੍ਹਾ ਡੰਬ ਬਣੇ ਪਏ ਆ ਕੂੜੇ ਦਾ ਬੁਰਾ ਹਾਲ ਆ ਲਿਫਟਿੰਗ ਨਹੀਂ ਹੋ ਰਹੀ ਔਰ ਵਿਧਾਇਕ ਸਾਹਿਬ ਕਹਿੰਦੇ ਕਿ ਮੇਰੇ ਇਲਾਕੇ ਦੇ ਬਰੀਆਣਾ ਡੰਬ ਆ ਜੇ ਕੋ ਉੱਥੇ ਕੂੜਾ ਸਿੱਟਣਾ ਕੋ ਤਾਂ ਮੈਂ ਉਹਦਾ ਵਿਰੋਧ ਕਰੂੰਗਾ ਉਹ ਮੇਰੇ ਇਲਾਕੇ ਦੇ ਜੋ ਡਿਸਪੋਜ਼ਲ ਆ ਮੈਂ ਉਹ ਬ ਅਸੀਂ ਲੋਕ ਚੁਣੇ ਜਾਂਦੇ ਆ ਲੋਕਾਂ ਦੀ ਮਤ ਦੇ ਨਾਲ ਲੋਕਾਂ ਦੀ ਬੁੱਧੀ ਦੇ ਨਾਲ ਚੁਣੇ ਜਾਂਦੇ ਆ ਕਿ ਚੁਣ ਕੇ ਅਸੀਂ ਇਦਾਂ ਦੀ ਗੱਲਾਂ ਕਰਾਂਗੇ ਤਾਂ ਫੇਰ ਲੋਕ ਉਹਨਾਂ ਤੇ ਇੱਕ ਵਾਰੀ ਵਿਸ਼ਵਾਸ ਕਰਦੇ ਆ ਮੁੜ ਕੇ ਲੋਕ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਅੱਜ ਜੰਦਰ ਸ਼ਾਹ ਦੇ ਲੋਕ ਨਹੀਂ ਪੰਜਾਬ ਦੇ ਲੋਕ ਅੱਜ ਲੋਕ ਵੇਟ ਕਰ ਰਹੇ ਆ ਕਿ ਕਦੋਂ ਚੋਣਾਂ ਆਣ ਤੇ ਅਸੀਂ ਇਹਨਾਂ ਨੂੰ ਮੁੜ ਕੇ ਇਹਨਾਂ ਨੂੰ ਘਰ ਬਿਠਾਈਏ ਕਿਉਂਕਿ ਇਹਨਾਂ ਨੇ ਲੋਕਾਂ ਦੇ ਨਾਲ ਪਰਮਾ ਕੇ ਲੋਕਾਂ ਨੂੰ ਝੂਠ ਬੋਲ ਕੇ ਇਲੈਕਸ਼ਨ ਦੇ ਦੌਰਾਨ ਸਾਡੇ ਖਿਲਾਫ ਝੂਠੇ ਆਕਸ਼ੇਪ ਲਾ ਕੇ ਇਹਨਾਂ ਨੇ ਸਾਨੂੰ ਬਦਨਾਮ ਕੀਤਾ ਸੀਗਾ ਅੱਜ ਸਾਢੇ 3 ਸਾਲ ਹੋ ਗਏ ਆ ਇੱਕ ਵੀ ਰੋਪ ਸਾਬਤ ਕਰ ਸਕਿਆ ਸਾਬਤ ਕਰਨ ਸਾਡਾ ਚੈਲੰਜ ਨਾ ਨੂੰ ਕਰਾ ਲੇਕਿਨ ਲੋਕ ਹੁਣ ਸਾਡੇ ਤੇ ਵਿਸ਼ਵਾਸ ਕਰਦੇ ਆ ਉਹ ਲੋਕ ਸਮਾਉ ਡਿਕ ਰਹੇ ਆ ਕਿ ਕਦੋਂ ਸਮਾ ਆਵੇ ਤਾਂ ਅਸੀਂ ਇਹਨਾਂ ਨੂੰ ਘਰ ਬਿਠਾ ਕੇ ਤੇ ਮੁੜ ਕੇ ਅਸੀਂ ਸ਼ੋਮ ਨਿਕਾਲੇ ਦਾ ਲੋ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਹੈ ਜੇ ਦੇਖਿਆ ਜਾਵੇ ਹੁਣ ਮੌਜੂਦਾ ਸਰਕਾਰ ਦੇ ਜਿਹੜੇ ਵਿਧਾਇਕ ਨੇ ਜਿਨ੍ਹਾਂ ਨੇ ਆਵਾਜ਼ ਚੱਕੀ ਹੈ ਕੀ ਹੁਣ ਬੀਜੇਪੀ 3.5 ਸਾਲ ਤੁਸੀਂ ਆਪ ਕਹੇ ਕਿ 3.5 ਸਾਲ ਜਿਹੜਾ ਹੈ ਟਾਈਮ ਨਿਕਲ ਚੁੱਕਿਆ ਹੋਇਆ ਕੀ ਹੁਣ ਇਸ ਚੀਜ਼ ਦਾ ਵੀ ਇੱਕ ਸਾਹ ਦੇਖਿਆ ਜਾਵੇ ਕਿ ਇੱਕ ਫਾਇਦਾ ਚੱਕਿਆ ਜਾ ਰਿਹਾ ਉਹਨਾਂ ਦਾ ਆਪਣਾ ਵਿਧਾਇਕ ਬੋਲ ਰਿਹਾ ਤਾਂ ਹੀ ਬੀਜੇਪੀ ਆ ਸਾਹਮਣੇ ਆ ਕੇ ਗੱਲ ਕਰ ਰਹੀ ਹੈ ਹਰ ਇਸ਼ੂ ਤੇ ਬੋਲਦੇ ਰਹੇ ਜੀ ਸਾਡੇ ਕਾਲੇ ਸਾਹਿਬ ਵੀ ਬੋਲਦੇ ਰਿਹਾ ਮਿੰਦਰ ਭਗਤ ਜੀ ਬੋਲਦੇ ਰਿਹਾ ਸਾਡੇ ਮੇਲ ਸਾਹਿਬ ਜੋਤੀ ਜੀ ਬੋਲਦੇ ਰਿਹਾ ਅਖਰ ਅਸੀਂ ਵੀ ਬੋਲਦੇ ਰਹੇ ਹਾਂ ਅਸੀਂ ਤਾਂ ਕਿਸੇ ਵੀ ਇਸ਼ੂ ਦੇ ਉੱਪਰ ਆਪਣਾ ਸ਼ਾਇਰ ਨੁਖਾ ਨਹੀਂ ਬੜੇ ਮਾਨ ਤੇ ਸਤਕਾਰ ਦੇ ਨਾਲ ਔਰ ਅਸੀਂ ਵੀ ਉਹਨਾਂ ਦੀ ਸ਼ਾਮਤ ਦੇ ਪੂਰਾ ਖਰੇ ਉਤਰੇ ਆ ਲੇਕਿਨ ਐਸਵਲ 17 ਦੇ ਵਿੱਚ ਇਹਨਾਂ ਨੇ ਲੋਕਾਂ ਨੇ ਇਦਾਂ ਦੇ ਝੂਠੇ ਵਹਿਦੇ ਕੀਤੇ ਕਿ ਲੋਕੀ ਭਰਮ ਦੇ ਵਿੱਚ ਆ ਚੁੱਕੇ ਸੀਗੇ ਲੋਕਾਂ ਨੇ ਇਹਨਾਂ ਦਾ ਇੱਕ ਵਾਰੀ ਵਿਸ਼ਵਾਸ ਕੀਤਾ ਕਿ ਅਸੀਂ ਇਹਨਾਂ ਨੂੰ ਵੋਟਾਂ ਵਾ ਕੇ ਸਰਕਾਰ ਬਣਾਈ ਹੈ ਅੱਜ ਕੈਪਟਨ ਸਾਹਿਬ ਨਜ਼ਰ ਆ ਕਿਤੇ ਤੁਸੀਂ ਦੇਖੋ ਲਾਕਡਾਊਨ ਹੋਇਆ ਬੈ ਇਹਨਾਂ ਦੇ ਸ਼ਹਿਰ ਦੇ ਕੋਈ ਵੀ ਐਮਐਲਏ ਤੁਹਾਨੂੰ ਕਿਤੇ ਨਜ਼ਰ ਆਇਆ ਅਖਬਾਰਾਂ ਨੇ ਲਿਖਿਆ ਤੁਹਾਡੀ ਖਬਰ ਨੇ ਲਿਖਿਆ ਗਾ ਵਾ ਇਤਨਾ ਕਾਂਗਰਸ ਜਿੰਨੇ ਕਹਾਂ ਚਾਰੋਂ ਐਮਐਲਏ ਕਾਂਗਰਸ ਪਾਰਟੀ ਦੇ ਪੂਰੇ ਲਾਕਡਾਊਨ ਦੇ ਅੰਦਰ ਕਿਤੇ ਨਜ਼ਰ ਇਹ ਤੋਂ ਪਤਾ ਲੱਗਦਾ ਕਿ ਲੋਕਾਂ ਦੇ ਨਾਲ ਕਿੰਨਾ ਇਹਨਾਂ ਦਾ ਬੇਦਨ ਹੈਗੀ ਹੈ ਲੋਕਾਂ ਦੇ ਨਾਲ ਕਿੰਨਾ ਸੰਵੇਦਨਾ ਹੈਗੀ ਹੈ ਲੋਕਾਂ ਦੇ ਨਾਲ ਕਿੰਨਾ ਪਿਆਰ ਹੈਗਾ ਵਾ ਕਿ ਜਿਹੜੇ ਬੰਦੇ ਔਖੇ ਬਿੱਲ ਨਹੀਂ ਆਏ ਲੋਕਾਂ ਦੇ ਨਾਲ ਤੇ ਹੁਣ ਕੀ ਆਣਾ ਲੋਕਾਂ ਦੇ ਨਾਲ ਇਸ ਕਰਕੇ ਲੋਕੀ ਹੁਣ ਸਮੇ ਦੀ ਉਡੀਕ ਕਰ ਰਹੇ ਆ ਕਿ ਜਦੋਂ 2022 ਆਵੇ ਤਾਂ ਅਸੀਂ ਮੁੜ ਕੇ ਵੋਟਾਂ ਪਾ ਕੇ ਇਹਨਾਂ ਨੂੰ ਘਰ ਬਿਠਾਈਏ ਤਾਂ ਮੁੜ ਕੇ ਸ਼ੋਮ ਨਿਕਾਲੇ ਦਾ ਤੇ ਭਾਜਪੀ ਦੀ ਸਰਕਾਰ ਬਣਾਈਏ ਜਿਹੜੇ ਰਹਿੰਦੇ 2 ਸਾਲ ਹੈਗੇ ਹਲੇ ਇਲੈਕਸ਼ਨਾਂ ਨੂੰ ਟਾਈਮ ਹੈਗਾ 2022 ਦੇ ਵਿੱਚ 1.5 ਸਾਲ ਜਿਹੜਾ ਰਹਿ ਗਿਆ ਜੇ ਅਪ ਗੱਲ ਕਰੀਏ ਰਹਿੰਦੇ ਇਲੈਕਸ਼ਨਾਂ ਦੀ ਤੁਸੀਂ ਕੀ ਦੇਖਦੇ ਹੋ ਕਿ ਜਿਹੜਾ ਜਲੰਧਰ ਦੇ ਅਗਲੇ ਆਉਂਦੇ ਹਾਲਾਤ ਕੀ ਬਣ ਸਕਦੇ ਨੇ ਤੁਹਾਡੇ ਸਾਹਮਣੇ ਜੋ ਹੁਣ ਹਾਲਾਤ ਹੈਗੇ ਇਹਨਾਂ ਨੂੰ ਪੈਸਾ ਕੋਈ ਮਿਲਣਾ ਨਹੀਂ ਆ ਪੰਜਾਬ ਗਵਰਨਮੈਂਟ ਇਹਨਾਂ ਨੂੰ ਪੈਸਾ ਕੋਈ ਨਹੀਂ ਦੇ ਰਹੀ ਔਰ ਸ਼ਾਇਦ ਜੋ ਇਹਨਾਂ ਦੀ ਰੈਵਨਿਊ ਦੀ ਕੋਈ ਇਨਕਮ ਦਾ ਸੋਰਸ ਆਗਾ ਬਾ ਤੁਹਾਡੇ ਸਾਹਮਣੇ ਹੀ ਹੈ ਬਿਲਡਿੰਗਾਂ ਇਲੀਗਲ ਬਣ ਰਹੀਆਂ ਮੈਂ ਜਿਹਨੀਆਂ ਐਡਵਰਟਾਈਜ਼ਮੈਂਟ ਹੈਗੀ ਆ ਸਾਰੇ ਅਫਸਰਾਂ ਦੇ ਘਰਾਂ ਜਾ ਰਹੀ ਹੈ ਜਾਂ ਜਿੰਨੇ ਜਿੰਨੇ ਦੇ ਕੌਂ ਇਸ ਕਰਕੇ ਪਹਿਲਾਂ ਆਪਣੇ ਘਰ ਪਰੋ ਪਹਿਲਾਂ ਤੁਸੀਂ ਰੈਵਨਿਊ ਇਕੱਠਾ ਕਰੋ ਕਾਰਪੋਰੇਸ਼ਨ ਵਾਸਤੇ ਤੁਹਾਡੇ ਸਾਹਮਣੇ ਪਰਸੋਂ ਦੀ ਉਦਾਹਰਣ ਲੱਗੀ ਆ ਵੀ 1,62,000 ਰੁਪਇਆ ਇਹਨਾਂ ਨੇ ਟੋਟਾ ਕੰਪਨੀ ਦੇਣਾ ਸੀਗਾ ਔਰ ਮੇਅਰ ਸਾਹਿਬ ਦੀ ਗੱਡੀ ਜਿਹੜੀ ਕਿ ਸਾਡੇ ਸ਼ਹਿਰ ਦੇ ਪ੍ਰਥਮ ਨਾਗਰਿਕ ਆ ਜਿਨ੍ਹਾਂ ਦਾ ਬੜਾ ਮਾਣ ਤੇ ਸਤਿਕਾਰ ਹੈਗਾ ਵਾ ਉਸ ਤੋਂ ਦੀ ਕੰਪਨੀ ਦੇ ਮਾਲਕਾਂ ਨੇ ਕਹਿਤਾ ਵੀ ਅਸੀਂ ਤੁਹਾਨੂੰ ਗੱਡੀ ਨਹੀਂ ਦੇ ਸਕਦੇ ਗੱਡੀ ਖੜੀ ਆ ਪਹਿਲਾਂ 162 ਲੱਖ ਆ ਬੱਚਾ ਇੱਕ ਲੈ ਕੇ ਆਓ ਤਾਂ ਫੇਰ ਇਹਨਾਂ ਨੇ ਆਪਣੇ ਸੁਬਰਡੰ ਮੰਦੀਪ ਸਿੰਘ ਕੋਲੋਂ ਫੋਨ ਉਹਨਾਂ ਦੇ ਮਾਲਕਾਂ ਨੂੰ ਕਰਾਇਆ ਕਿ ਤੁਸੀਂ ਗੱਡੀ ਮੇਰੀ ਗਰੰਟੀ ਦੇ ਭੇਜ ਦਿਓ ਮੈਂ ਤੁਹਾਨੂੰ ਚੱਕ ਕੇ ਭੇਜ ਦਊਗਾ ਜਿਸ ਕਾਰਪੋਰੇਸ਼ਨ ਦੇ ਇਹ ਹਾਲਾਤ ਹੋਣਗੇ ਤੇ ਉੱਥੋਂ ਅਸੀਂ ਡਿਵੈਲਪਮੈਂਟ ਦੀ ਕੀ ਉਮੀਦ ਤਵਕੋ ਕਰ ਸਕਦੇ ਆਪਾਂ ਸਾਰੇ ਪਲੀਪੰਤੀ ਜਾਣਦੇ ਆਂ ਉਹ ਲੋਕ ਅੱਜ ਬਹੁਤ ਹੀ ਭਰੇ ਭਿੱਤੇ ਬੈਠੇ ਆ ਲੋਕ ਅੱਜ ਗੁੱਸੇ 'ਚ ਆ ਗਏ ਆ ਕਿ ਕਦੋਂ ਸਮਾਂ ਆਵੇ ਲੋਕੀ ਤਾਂ ਹੁਣ ਦਿਨ ਗਿੰਦੇ ਪਏ ਆ ਕਿ ਕਦੋਂ ਸਮਾਂ ਆਵੇ ਤਾਂ ਅਸੀਂ ਇਹਨਾਂ ਨੂੰ ਮੂਹ ਤੋੜ ਜਵਾਬ ਦੇ ਕੇ ਅਸੀਂ ਇਹਨਾਂ ਨੂੰ ਘਰ ਵੜਾਈਏ ਤਾਂ ਮੁੜ ਕੇ ਸਰਕਾਰ ਅਸੀਂ ਬਦਲੀਏ ਤੁਸੀਂ ਇਹ ਗੱਲ ਵੀ ਮੁੱਦਾ ਚ ਕਿਹਾ ਕਿ ਬਹੁਤ ਸਾਰੇ ਜਿਹੜੇ ਸਰਕਾਰੀ ਨੁਮਾਇੰਦੇ ਨੇ ਜਿਹੜੇ ਇਨਸਪੈਕਟਰਸ ਨੂੰ ਜਾ ਕੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਤੁਸੀਂ ਉਹਦੀ ਵੀ ਗੱਲ ਦਸੀ ਹੈ ਉਸ ਤੇ ਜਰਾ ਚਾਨਣਾ ਪਾਓ ਬਿਲਕੁਲ ਦੇਖੋ ਜੀ ਇਹਨਾਂ ਦੇ ਦੋ ਮੇਰੇ ਕੋਲ ਜਿਹੜੀਆਂ ਰਿਪੋਰਟਰ ਤਿੰਨ ਆਈਆਂ ਅਜ ਤੱਕ ਇੱਕ ਗੁਲਜਾਰ ਲਲ ਗੁਪਤਾ ਜਿਸ ਕੇ ਐਸ ਜੀ ਬਿਲੀ ਬੋਰਡ ਦੇ ਉਹਨਾਂ ਨੂੰ ਸਾਡੇ ਉਥੋਂ ਦੇ ਵਿਧਾਇਕ ਨੇ ਸ਼੍ਰੀ ਆਮ ਮੰਦੀਏ ਚੰਗੀਆਂ ਗੱਲਾਂ ਬੋਲੀਆਂ ਔਰ ਉਸ ਬੰਦੇ ਨੇ ਆਪਣੀ ਉਥੋਂ ਡਿਊਟੀ ਚੇਂਜ ਕਰਾ ਕੇ ਕਿਸ ਹੋਰ ਪਾਸੇ ਗਿਆ ਲੇਟਸ ਉਦਾਹਰਨ ਅਗੀ ਆ ਮੁੰਡਾ ਨੀਰਜ ਸ਼ਰਮਾ ਇਨਸਪੈਕਟਰ ਦਾ ਬਿਲਡਿੰਗ ਬ੍ਰਾਂਚ ਦਾ ਉਹਨਾਂ ਆਪਣੇ ਆਫਿਸ ਵਾਕੇ ਉਹਨਾਂ ਬਦਤਮੀਜ਼ੀ ਦਾ ਪੇਸ਼ ਆਇਆ ਉਹ ਬੰਦਾ ਰੋਂਣ ਡਿਆ ਸੀਗਾ ਤੀਸਰੀ ਉਦਾਹਰਨ ਹੈ ਅਮਿਤ ਕੁਮਾਰ ਜਈਆ ਉਹ ਐਂਡਮਸਲ ਦਾ ਸਾਡੇ ਉਥੇ ਦਾਦਾ ਗਲੋਨੀ ਜ਼ੋਨ ਦਾ ਵਾ ਉਹਦੇ ਉੱਪਰ ਇਨਾ ਉਸ ਬਦਤਮੀਜ਼ੀ ਦਾ ਪੇਸ਼ ਆਏ ਇਹਨਾਂ ਦੇ ਕਾਉਂਸਲਰ ਵੀ ਉਥੋਂ ਦੇ ਮੌਜੂਦਾ ਵਿਧਾਇਕ ਵੀ ਬਾਬਾ ਹੈਨਰੀ ਉਹ ਬੰਦਾ 4 ਦਿਨ ਤੋਂ ਅਜੇ ਆਪਣੇ ਡਿਊਟੀ ਦੇ ਨਹੀਂ ਜਾ ਰਿਹਾ ਉਹਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਦੇ ਕਿ 13000 13000 ਮੇਰੀ ਤਨਖਾਹ ਹੈ ਮੈਂ ਆਊਟਸੋਰਸ ਵੇਸ ਤੇ ਲੱਗਾ ਵਾਂ ਲੇਕਿਨ ਮੈਂ ਆਪਣੀ ਬੇਇੱਜ਼ਤੀ ਕਰਾਣੇ ਇੱਥੇ ਆਂਦਾਗਾ ਮੈਨੂੰ ਤੁਸੀਂ ਮੇਰਾ ਅਸਤੀਫਾ ਮਨਜ਼ੂਰ ਕਰ ਲਓ ਫਿਰ ਉਹ ਉਹਦੇ ਐਸੀ ਨੇ ਸਮਝਾਇਆ ਉਹਨੂੰ ਕਿ ਕੱਕਾ ਤੂੰ ਇਹ ਕੰਮ ਨਾ ਕਰ ਲੇਕਿਨ ਅੱਜ 5 ਦਿਨ ਹੋ ਗਏ ਆ ਉਹ ਬੰਦਾ ਆਪਣੀ ਡਿਊਟੀ ਤੇ ਨਹੀਂ ਗਿਆ ਇਹ ਤਾਂ ਹਾਲਾਤ ਆ ਜਦੋਂ ਅਸੀਂ ਅਫਸਰ ਨਾਲ ਬਤਮੀਜ਼ੀ ਨਾਲ ਪੇਸ਼ ਆਵਾਂਗੇ ਤਾਂ ਅਫਸਰ ਕੰਮ ਕਰੇਗਾ ਅੱਜ ਕੀ ਹਾਲਾਤ ਾ ਸ਼ਾਇਦ ਦੇ ਪੂਰੇ ਇੰਡੀਆ ਦੇ ਕੀ ਹਾਲਾਤ ਹੈਗੇ ਆ ਕੋਵਿਡ ਕਰਕੇ ਹਰ ਬੰਦਾ ਡਰਦਾ ਹੈਗਾ ਲੇਕਿਨ ਉਹ ਫਿਰ ਵੀ ਆਪਣੀ ਡਿਊਟੀ ਨਿਭਾ ਰਹੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਜਿੰਨੇ ਵੀ ਡਾਕਟਰ ਆ ਜਿੰਨੇ ਸਫਾਈ ਸੇਵਕ ਹੈਗੇ ਜਿੰਨੇ ਵੀ ਇਹਨਾਂ ਦੇ ਕਰਮਚਾਰੀ ਹੈਗੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਕਿ ਅਸੀਂ ਲੋਕ ਘਰਾਂ 'ਚ ਬੈਠੇ ਹੈਗੇ ਆ ਉਹ ਲੋਕ ਬਾਹਰ ਨਿਕਲ ਕੇ ਸਫਾਈਆਂ ਕਰਾਉਂਦੇ ਸੀ ਵਰਦਿਆਂ ਫਿਰ ਉਹਨਾਂ ਨੂੰ ਗਾਲ੍ਹਾਂ ਪੈਣ ਤੇ ਇਹ ਕੋਈ ਖਰੀ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਇਸ ਗੱਲ ਦੀ ਕੋਰ ਨਿੰਦਾ ਕਰਦੇ ਆਂ ਔਰ ਅੱਗੇ ਤੋਂ ਅਸੀਂ ਤਾਣਨਾ ਕਰਦੇ ਆਂ ਕਿ ਕਿਸੇ ਵੀ ਅਫਸਰ ਦੇ ਨਾਲ ਇਦਾਂ ਦੀ ਬਤਮੀਜ਼ੀ ਨਹੀਂ ਕੀਤੀ ਜਾਵੇਗੀ ਬਹੁਤ ਬਦਨੌਕੀ ਕਿਹੜੀ ਸਾਹਿਬ ਸੋ ਇਹ ਸੰਸਦਪੰਡ ਅਰਿਸ਼ਾਬ ਜਨ ਨੇ ਸੰਤੋਸ਼ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਮੌਜੂਦਾ ਵਿਧਾਇਕ ਨੇ ਉਹ ਅਸਲੇ ਕੰਮ ਕਰ ਰਹੇ ਨੇ ਜਿੰਦਾ ਸ਼ਾਇਦ ਦੇ ਵਿੱਚ ਕੈਮਰਾ ਪਰਸਨ ਸੁਖਿੰਦਰ ਸਿੱਧੂ ਦੇ ਨਾਲ ਮੈਂ ਸਾਇਨੁਰੁੱਲਾ ਦੈਰਿਕ ਸਵੈਰਾਟੀ ਵੀ ਚਲੰਦਰ ਤੋਂ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬੰਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ